ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪ੍ਰੋਗਰਾਮ ਸਾਂਝਦਾ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਸ਼ਾਮ ਰੰਗੀਨ ਸ਼ਾਮ ਬਣੀ ਹੋਈ ਹੈ, ਲਵ ਪੰਜਾਬ ਰੈਸਟੋਰੈਂਟ 'ਤੇ ਅਸੀਂ ਸਾਰੇ ਇਕੱਠੇ ਹੋਏ ਹਾਂ, ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਵਿਰਸਾ 2024 ਦਾ ਜਿਹੜਾ ਆਗਾਜ਼ ਹੋ ਚੁੱਕਾ, ਯਾਨੀ ਕਿ ਵਾਰਿਸ ਬ੍ਰਦਰ ਇੱਕ ਵਾਰੀ ਫਿਰ ਨਿਊਜ਼ੀਲੈਂਡ ਦੀ ਧਰਤੀ 'ਤੇ ਤੁਹਾਡੇ ਮਨੋਰੰਜਨ ਦੇ ਲਈ ਪਹੁੰਚ ਰਹੇ ਨੇ। ਔਰ ਜਿਨ੍ਹਾਂ ਨੇ ਪ੍ਰੋਗਰਾਮ ਔਰਗੇਨਾਈਜ਼ ਕੀਤਾ, ਸ਼ਰਨਜੀ ਦੇ ਨਾਲ ਸਾਡੇ ਵੀਰ ਦੇ, ਇਹਨਾਂ ਸਾਰੀਆਂ ਪੂਰੀ ਟੀਮ ਖੜ੍ਹੀ ਹੈ। ਸੋ ਅੱਜ ਪੋਸਟਰ ਰਿਲੀਜ਼ ਹੋ ਰਿਹਾ ਜੀ, ਵਿਰਸਾ ਪੰਜਾਬੀ ਵਿਰਸਾ 2024। ਸੋ ਨਿਊਜ਼ੀਲੈਂਡ ਦੇ ਵਿੱਚ ਕੁੱਲ ਮਿਲਾ ਕੇ 6 ਸ਼ੋਅ ਹੋਣਗੇ। ਸੋ ਇਹਨਾਂ ਦੀ ਜਾਣਕਾਰੀ ਪਹਿਲਾਂ ਸ਼ੁਰੂ ਕਰਦੇ ਹਾਂ ਜੀ। ਸ਼ਰਨਜੀਤ ਜੀ, ਕੁਛ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਕਿ ਕਿਵੇਂ ਕਿਵੇਂ ਪ੍ਰੋਗਰਾਮ ਹੋਣਗੇ ਅਤੇ ਕਿਵੇਂ ਕਿਵੇਂ ਸਾਰੀ ਗੱਲਬਾਤ ਹੋਏਗੀ। ਹਾਂ ਬਿਲਕੁਲ ਜੀ, ਥੈਂਕ ਯੂ ਪਾਲ ਭਾਜੀ, ਅਤੇ ਸਾਂਝ ਦਿਲਾ ਦੀ ਵਿੱਚ ਮੈਂ ਸਵਾਗਤ ਵੀ ਕਰਾਂਗਾ, ਤਾਂ ਮੈਂ ਸਾਂਝ ਦਿਲਾ ਦਾ ਪ੍ਰੈਜੈਂਟਰ ਵੀ ਹੈਗਾ ਵਾ, ਇਕੱਠੇ ਕਰਦੇ ਨੇ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਪਾਲ ਭਾਜੀ। ਜਿਵੇਂ ਕਿ ਮੈਨੂੰ ਲੱਗਦਾ ਵੀ ਯਾਰ ਦੱਸਣ ਦੀ ਲੋੜ ਨਹੀਂ, ਨਿਊਜ਼ੀਲੈਂਡ ਵਿੱਚ ਤਾਂ ਵੈਸੇ ਹੀ ਆਲਰੇਡੀ ਵਾਇਰਲ ਹੋ ਚੁੱਕਾ ਹੈ ਪੋਸਟਰ, ਕਿਉਂਕਿ 6 ਸ਼ੋਅ ਹੋ ਰਹੇ ਨੇ ਨਿਊਜ਼ੀਲੈਂਡ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ, ਅਤੇ ਨਿਊਜ਼ੀਲੈਂਡ ਦੇ ਔਕਲੈਂਡ 'ਚ ਸਭ ਤੋਂ ਵੱਡਾ ਸ਼ੋਅ ਜਿਹੜਾ ਹੋਣ ਜਾ ਰਿਹਾ ਹੈ। ਬਸਰਾ ਪ੍ਰੋਡਕਸ਼ਨ ਤੋਂ ਬਸਰਾ ਬ੍ਰਦਰਸ ਮੇਰੇ ਨਾਲ ਹੈਗੇ ਨੇ, ਨਿੱਕ ਬਾਈ ਨਾਲ ਵਿੱਕੀ ਬਾਈ, ਅਤੇ ਅਫਸਰ ਪ੍ਰੋਡਕਸ਼ਨ ਤੋਂ ਹੈਰੀ ਬਾਈ, ਅਤੇ ਡੇਲੀ ਖਬਰ ਤੋਂ ਮੈਂ, ਅਤੇ ਇਹ ਪੂਰੀ ਟੀਮ ਸਾਡੀ ਹੈਗੀ ਜੀ। ਅਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਸ਼ਾਮਿਲ ਕਰਾਂਗਾ, ਕਿਉਂਕਿ ਜੇ ਵਿਰਸੇ ਦੀ ਗੱਲ ਕੀਤੀ ਜਾਵੇ ਤਾਂ 2 ਸਾਲਾਂ ਬਾਅਦ ਵਿਰਸਾ ਦੁਆਰਾ ਜਿਹੜਾ ਇਹ ਵਾਪਸ, ਹਰੇਕ ਸਾਲ 2 ਸਾਲਾਂ ਬਾਅਦ ਜਿਹੜੇ ਤਿੰਨੇ ਬ੍ਰਦਰ ਗੱਲ ਮਨਮੋਹਨ ਵਾਲਸ ਦੀ, ਸੰਤਾਰ ਦੀ, ਕਮਲ ਹੀਰ ਦੀ, ਅਤੇ ਬਹੁਤ ਵਧੀਆ ਗਾਇਕੀ, ਅਤੇ ਜਿੰਨੇ ਵੀ ਈਵੈਂਟ ਹੁੰਦੇ ਨੇ ਪਾਲ ਬਾਈ ਦੇਖਣ ਦੀ ਗੱਲ ਆ, ਕਿ ਸੋਲਡ ਆਊਟ ਈਵੈਂਟ ਹੁੰਦੇ। ਤੇ ਇਸ ਵਿੱਚ ਇੱਕ ਚੀਜ਼ ਜਾਣਨਾ ਵਾ, ਤੁਸੀਂ ਬਾਕੀ ਸ਼ਹਿਰਾਂ ਦਾ, ਔਕਲੈਂਡ ਦੇ ਵਿੱਚ ਤਾਂ ਆਪਾਂ ਪੋਸਟਰ ਰਿਲੀਜ਼ ਕਰਤਾ, ਬਾਕੀ ਸ਼ਹਿਰਾਂ ਦੀਆਂ ਵੀ ਡੇਟਾਂ ਜਿਹੜੀਆਂ ਦੱਸ ਦਿਓ, ਅਤੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਦਿਨ, ਕਿਉਂਕਿ ਜਿਹੜਾ ਸਾਂਝ ਦਿਨਾਂ ਦੀ ਪ੍ਰੋਗਰਾਮ ਹੈ ਉਹ ਨਿਊਜ਼ੀਲੈਂਡ ਵਾਈਜ਼ ਸਾਰੇ ਲੋਕ ਦੇਖਦੇ ਆ, ਸੋ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਿਹੜੀ ਤਰੀਕ ਨੂੰ ਸ਼ੋਅ ਹੋ ਰਿਹਾ। ਬਿਲਕੁਲ ਜੀ, 4 ਤਰੀਕ ਨੂੰ ਜਿਹੜਾ ਇਹ ਟੂਰ ਸ਼ੁਰੂ ਹੋ ਰਿਹਾ ਹੈ ਹੇਸਟਿੰਗ ਦੇ ਵਿੱਚ, ਅਤੇ ਉਸ ਤੋਂ ਬਾਅਦ ਜਿਹੜਾ 5 ਤਰੀਕ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਦੇ ਵਿੱਚ, ਅਤੇ 6 ਤਰੀਕ ਨੂੰ ਜਿਹੜਾ ਹੈਗਾ ਜੀ ਉਹ ਹੈਗਾ ਹੈ ਰੋਟਰੂਆ ਦੇ ਵਿੱਚ। ਉਸ ਤੋਂ ਬਾਅਦ ਅਗਲੇ ਵੀਕ ਜਿਹੜਾ ਹੈਗਾ 11 ਤਰੀਕ ਦਾ ਕ੍ਰਾਈਸਟਚਰਚ, 12 ਤਰੀਕ ਦਾ ਹੈਗਾ ਹੈ ਹੈਮਿਲਟਨ ਦੇ ਵਿੱਚ, ਅਤੇ 13 ਤਰੀਕ ਜਿਹੜੀ ਉਹ ਵਿਲਿੰਗਟਨ ਦੇ ਵਿੱਚ, ਯਾਨੀ ਕਿ 6 ਸ਼ੋਅ ਸਾਰਾ ਨਿਊਜ਼ੀਲੈਂਡ ਹੀ ਘੁਮਾ ਦੇਣਾ। ਬਿਲਕੁਲ ਜੀ ਬਿਲਕੁਲ, ਔਰ ਪਹਿਲੀ ਵਾਰੀ ਹੈ ਜੀ ਨਿਊਜ਼ੀਲੈਂਡ ਦੇ ਵਿੱਚ 6 ਸ਼ੋਅ ਵਾਰਿਸ ਬ੍ਰਦਰ ਦੇ ਹੋ ਰਿਹਾ, ਅਤੇ ਕੰਗ੍ਰੈਚੁਲੇਸ਼ਨ ਪੂਰੀ ਟੀਮ ਨੂੰ, ਅਤੇ ਨਾਲ ਨਾਲ ਅਸੀਂ ਅਗਾਂਹ ਹੀ ਹੁਣੇ ਜੀ ਆਇਆਂ ਕਹਿੰਦੇ ਜੀ ਵਾਰਿਸ ਬ੍ਰਦਰ ਪਹੁੰਚਣਗੇ ਉਦੋਂ ਇੱਕ ਵਾਰੀ ਫਿਰ ਜੀ ਆਇਆ ਕਰਾਂਗੇ। ਹੈਰੀ ਭਾਜੀ, ਤੁਸੀਂ ਕੁਛ ਐਡ ਕਰਨਾ ਚਾਹੁੰਦੇ ਸੀ? ਬਹੁਤ ਬਹੁਤ ਧੰਨਵਾਦ ਪਾਲ ਬਾਈ ਤੁਹਾਡਾ, ਤੁਸੀਂ ਸਾਨੂੰ ਇਹ ਮੌਕਾ ਦਿੱਤਾ, ਅਤੇ ਸਾਂਝ ਦਿਲਾਂ ਦੀ ਪ੍ਰੋਗਰਾਮ ਦੇ ਵਿੱਚ ਸਾਰੇ ਦੇਖਣ ਵਾਲਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਨ ਬਾਈ ਨੇ ਆਲਮੋਸਟ ਸਾਰਾ ਕੁਛ ਐਕਸਪਲੇਨ ਤੁਹਾਨੂੰ ਕਰ ਹੀ ਦਿੱਤਾ, ਮੈਂ ਆਪਣੇ ਵੱਲੋਂ ਸਿਰਫ ਇੱਕ ਦਿਲੋਂ ਅਪੀਲ ਕਰਨੀ ਚਾਹੁੰਦਾ ਤੁਹਾਨੂੰ ਵੀ ਪੰਜਾਬੀ ਵਿਰਸਾ ਅਤੇ ਵਿਰਸੇ ਦੇ ਵਾਰਸਾਂ ਵੱਲੋਂ ਇਹ ਲਗਾਇਆ ਜਾਣਾ, ਤਾਂ ਉਮੀਦ ਕਰਦਾ ਸਾਰੇ ਪੰਜਾਬੀਅਤ ਨੂੰ ਅਤੇ ਵਿਰਸੇ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਉਹ ਜ਼ਰੂਰ ਸ਼ਿਰਕਤ ਕਰਨਗੇ, ਅਤੇ ਸਾਡੀ ਹੌਸਲਾ ਅਫਜਾਈ ਕਰਨਗੇ, ਅਤੇ ਇਸ ਈਵੈਂਟ ਨੂੰ ਇੱਕ ਯਾਦਗਾਰ ਈਵੈਂਟ ਬਣਾਉਣਗੇ। ਬਹੁਤ ਬਹੁਤ ਧੰਨਵਾਦ। ਬਿਲਕੁਲ, ਜਾਂਦੇ ਜਾਂਦੇ ਮੈਂ ਕਿਵੀ ਕੁਇਕ ਇਮੀਗ੍ਰੇਸ਼ਨ ਵਾਲਿਆਂ ਦਾ ਥੈਂਕਸ ਕਰਨਾ ਚਾਹਾਂਗਾ, ਖਾਸ ਤੌਰ 'ਤੇ ਕਿਉਂਕਿ ਉਹਨਾਂ ਦੀ ਬਦੌਲਤ ਆਰਟਿਸਟ ਨਿਊਜ਼ੀਲੈਂਡ ਵਿੱਚ ਪਹੁੰਚਣਗੇ, ਕਿਉਂਕਿ ਉਹਨਾਂ ਦੇ ਥਰੂ ਵੀਜ਼ੇ ਬਹੁਤ ਵਧੀਆ ਸਰਵਿਸਿਸ ਹਮੇਸ਼ਾ ਸਾਨੂੰ ਦਿੰਦੇ ਨੇ। ਥੈਂਕਸ ਕਰਨਾ ਚਾਹਾਂਗਾ ਪੂਰੀ ਟੀਮ ਦਾ, ਬਾਕੀ ਹੋਰ ਵੀ ਐਸੋਸੀਏਟਡ ਬਹੁਤ ਸਾਰੇ ਸਾਡੇ ਨਾਲ ਪਾਰਟਨਰਸ, ਖਾਸ ਕਰਕੇ ਪਾਲ ਭਾਜੀ ਪਾਰ ਪ੍ਰੋਡਕਸ਼ਨ ਤੋਂ ਮੈਨੂੰ ਲੱਗਦਾ ਵੀ ਬੈਸਟ ਆਫ ਕਹਾਂਗਾ, ਕਿਉਂਕਿ ਸਭ ਤੋਂ ਪੁਰਾਣੇ ਇਹਨਾਂ ਤੋਂ ਬੋਲਣਾ ਸਿੱਖਿਆ ਸੀ, ਅਤੇ ਮੈਨੂੰ ਕਿਉਂਕਿ ਇਹਨਾਂ ਦੇ ਨਾਲ ਵੀ ਪ੍ਰੋਗਰਾਮ ਕਰਨ ਦਾ ਬਹੁਤ ਮੌਕਾ ਮਿਲਿਆ ਅਲੱਗ ਅਲੱਗ ਜਗ੍ਹਾ 'ਤੇ, ਅਤੇ ਪਾਲ ਭਾਈ ਦੇ ਮਾਧਿਅਮ ਰਾਹੀਂ ਤੁਹਾਨੂੰ ਰਿਕੁਐਸਟ ਹੈ ਸਾਰਿਆਂ ਨੂੰ, $15 ਸਿਰਫ ਟਿਕਟ ਹੈਗੀ ਹੈ, ਅਤੇ ਟਿਕਟ ਜਲਦੀ ਜਲਦੀ ਬਾਏ ਕਰ ਲਓ, ਕਿਉਂਕਿ ਆਲਰੇਡੀ 800 ਟਿਕਟ ਬਸ ਨਿਕਲ ਚੁੱਕੀ ਹੈ। ਮੈਂ ਹੁਣ ਪਹਿਲੀ ਵਾਰ ਤੁਹਾਡੇ ਮਾਧਿਅਮ ਰਾਹੀਂ ਦੱਸ ਰਿਹਾ, 800 ਟਿਕਟ ਨਿਕਲ ਚੁੱਕੀ ਹੈ, ਅਤੇ ਟਿਕਟਸ ਬਹੁਤ ਘੱਟ ਰਹਿ ਗਈਆਂ ਨੇ, ਅਤੇ ਬਾਅਦ 'ਚੋਂ ਪਾਲ ਭਾਜੀ ਨੂੰ ਨਾ ਤੰਗ ਕਰੀਓ ਫੋਨ ਕਰਕੇ। ਬਿਲਕੁਲ ਜੀ, ਪੂਰੀ ਟੀਮ ਦਾ ਜਿਨ੍ਹਾਂ ਨੇ ਇਹ ਇਵੈਂਟ ਨੂੰ ਔਰਗੇਨਾਈਜ਼ ਕੀਤਾ, ਔਰ ਸਾਰੇ ਮੀਡੀਆ ਪਾਰਟਨਰਸ ਦਾ ਸਾਂਝੇ ਤੌਰ 'ਤੇ, ਅਤੇ ਜਿੰਨੇ ਵੀ ਨਾਲ ਔਰਗੇਨਾਈਜ਼ਰ ਨੇ, ਸਪੋਂਸਰ ਨੇ,
ਜਿਨ੍ਹਾਂ ਨੇ ਇਹਨਾਂ ਦਾ ਸਾਥ ਦੇ ਰਹੇ ਨੇ, ਆਉਣ ਵਾਲੇ ਸਮੇਂ ਸਾਥ ਦੇਣਗੇ ਵੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਸਾਂਝ ਦੇ ਦਿਲਾਂ ਦੀ ਦੇਖਣ ਵਾਲਿਆਂ ਨੂੰ ਸਾਰਿਆਂ ਇੱਕ ਵਾਰੀ ਫਿਰ ਅੱਜ ਕਹਿੰਦੇ ਕਿ ਆਪਣੀਆਂ ਟਿਕਟਾਂ ਖਰੀਦ ਲਓ, 800 ਟਿਕਟ ਵਿਕ ਚੁੱਕੀ ਹੈ, ਬਾਕੀ ਥੋੜ੍ਹੀਆਂ ਬਚੀਆਂ, ਕਿਉਂਕਿ ਅੱਜ ਰਾਤਰ ਪੋਸਟਰ ਤੋਂ ਬਾਅਦ ਹੋਰ ਵੀ ਵਿਕ ਜਾਣੀਆਂ। ਸੋ ਇੱਦਾਂ ਨਾ ਹੋਵੇ ਕਿ ਤੁਹਾਡੇ ਪਰਿਵਾਰ, ਤੁਹਾਡੇ ਬੱਚੇ ਇਸ ਤੋਂ ਵਾਂਝੇ ਰਹਿ ਜਾਣ। ਸ਼ੁਕਰੀਆ ਜੀ ਇੱਕ ਵਾਰੀ ਫਿਰ ਸਾਡਾ ਸਾਥ ਦੇਣ ਦੇ ਲਈ।